ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਨ ਵਾ ਅਸੀਂ ਉਹਨਾਂ ਨੂੰ ਕੋਟਨ ਕੋਟਨ ਪ੍ਰਣਾਮ ਕਰਦੇ ਹਾਂ ਬਾਬਾ ਜੀਵਨ ਸਿੰਘ ਜੀ ਦਿੱਲੀ ਦੇ ਰਹਿਣ ਵਾਲੇ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ ਉਸ ਟਾਈਮ ਬਾਬਾ ਜੀਵਨ ਸਿੰਘ ਦੇ ਦਿਲ ਦੇ ਵਿੱਚ ਗੱਲ ਆਈ ਕਿ ਅਸੀਂ ਗੁਰੂ ਸਾਹਿਬ ਦੇ ਸੀਸ ਦੀ ਇੱਥੇ ਬੇਅਦਬੀ ਨਹੀਂ ਹੋਣ ਦੇਣੀ ਕਿ ਇੱਥੇ ਕਿਸੇ ਹੋਰ ਦਾ ਸੀਸ ਰੱਖਿਆ ਜਾਵੇ ਤਾਂ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅੱਗੇ ਭੇਟ ਕੀਤਾ ਜਾਵੇ ਹੁਣ ਸੀਸ ਵੱਟੇ ਸੀਸ ਰੱਖਣਾ ਬੜੀ ਔਖੀ ਗੱਲ ਆ ਕਈਆਂ ਨੂੰ ਪੁੱਛਿਆ ਸੀਸ ਤੁਸੀਂ ਆਪਣਾ ਦੇ ਦਿਓ ਮਰਨ ਕੋਈ ਨਹੀਂ ਤਿਆਰ ਹੋਇਆ ਜਦੋਂ ਬਾਬਾ ਜੀਵਨ ਸਿੰਘ ਮਹਾਰਾਜ ਨੇ ਆਪਣੇ ਪਿਤਾ ਜੀ ਦੇ ਨਾਲ ਗੱਲ ਕੀਤੀ ਪਿਤਾ ਜੀ ਕਹਿੰਦੇ ਕਿ ਬੇਟਾ ਤੂੰ ਮੇਰਾ ਸੀਸ ਉੱਥੇ ਰੱਖ ਦੇ ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਅਨੰਦਪੁਰ ਸਾਹਿਬ ਨੂੰ ਲੈ ਜਾ ਇਤਿਹਾਸ ਦੱਸਦਾ ਹੈ ਕਿ ਬਾਬਾ ਜੀਵਨ ਸਿੰਘ ਜੀ ਮਹਾਰਾਜ ਨੇ ਆਪਣੇ ਹੱਥੀਂ ਆਪਣੇ ਪਿਤਾ ਨੂੰ ਸ਼ਹੀਦ ਕੀਤਾ ਉਹਦਾ ਸੀਸ ਚਾਂਦਨੀ ਚੌਂਕ ਉੱਤੇ ਰੱਖਿਆ ਉੱਥੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਬਾਬਾ ਜੀਵਨ ਸਿੰਘ ਜੀ ਮੁਕਤ ਦੀ ਹਕੂਮਤ ਤੋਂ ਬਚਦੇ ਬਚਾਉਂਦੇ ਅਨੰਦਪੁਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੀਸ ਭੇਟ ਕੀਤਾ ਅੱਜ ਉਹਨਾਂ ਦੀ ਸ਼ਹੀਦੀ ਦਿਨ ਉਹਨਾਂ ਦਾ ਸ਼ਹੀਦੀ ਦਿਨ ਬਾਬਾ ਜੀਵਨ ਸਿੰਘ ਜੀ ਦਾ ਬਾਬਾ ਜੀਵਨ ਸਿੰਘ ਜੀ ਮਹਾਰਾਜ ਮਾਝੀ ਸਿੱਖ ਹੋਏ ਰਗਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਜੀਵਨ ਸਿੰਘ ਨੂੰ ਦਿੱਤਾ ਪਰ ਸਿੱਖ ਧਰਮ ਦੇ ਵਿੱਚ ਕੋਈ ਜਾਤ ਪਾਤ ਨੂੰ ਨਹੀਂ ਮੰਨਿਆ ਗਿਆ ਪਰ ਮੌਕੇ ਦੇ ਇਸ ਟਾਈਮ ਸਿੱਖ ਧਰਮ ਦੇ ਵਿੱਚ ਵੀ ਜਾਤ ਪਾਤ ਭਾਰੀ ਹੋ ਗਈ ਆ ਜੇ ਭਾਰੀ ਨਾ ਹੁੰਦੀ ਤੇ ਅੱਜ ਬਾਬਾ ਜੀਵਨ ਸਿੰਘ ਜੀ ਦਾ ਵੀ ਥਾਂ ਥਾਂ ਲੰਗਰ ਚੱਲਣਾ ਸੀ ਤਾਂ ਐਡੀ ਵੱਡੀ ਲਸਾਨੀ ਸ਼ਹੀਦੀ ਵਰਲਡ ਦੇ ਵਿੱਚ ਕਿਤੇ ਦੇਖਣ ਨੂੰ ਨਹੀਂ ਮਿਲੀ ਕਿ ਜਿਹਨੇ ਆਪਣੇ ਹੱਥੀਂ ਆਪਣੇ ਪਿਤਾ ਨੂੰ ਸ਼ਹੀਦ ਕੀਤਾ ਹੋਵੇ ਆਓ ਬਾਬਾ ਜੀਵਨ ਸਿੰਘ ਰਗਰੇਟੇ ਨੂੰ ਯਾਦ ਕਰੀਏ ਉਹਨਾਂ ਕੋਟਨ ਕੋਟਨ ਨਮਨ ਕਰੀਏ ਕਿ ਸਾਡੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਆਓ ਹਰ ਨਾਲ ਮਿਲ ਕੇ ਉਹਨਾਂ ਨੂੰ ਯਾਦ ਕਰੀਏ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਵਾਹਿਗੁਰੂ ਜੀ ਕਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ KR Sidhu TV ਵੱਲੋਂ ਸਾਰਿਆਂ ਸਰੋਤਿਆਂ ਦਾ ਸਵਾਗਤ ਕਰਦਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਬਹੁਤ ਮਾਣ ਬਖਸ਼ਿਆ ਥੋੜ੍ਹੇ ਚਿਰ ਤੇ ਉੱਚੀਆਂ ਬੁਲੰਦੀਆਂ ਮੇਰੇ ਚੈਨਲ ਛੂਹਣ ਲੱਗ ਪਿਆ ਹੈ ਸੋ ਮੈਂ ਇਸੇ ਆਸ ਨਾਲ ਲੈ ਕੇ ਜਿੱਥੇ ਆਪ ਸੰਗਤ ਤੋਂ ਨਜ਼ਰ ਆਉਂਦਾ ਜਿੱਥੇ ਤੁਸੀਂ ਅੱਗੇ ਸਾਡੇ ਚੈਨਲ ਸਹਿਯੋਗ ਦਿੱਤਾ ਮੈਨੂੰ ਆਸ ਉਮੀਦਾ ਕਿ ਅੱਗੇ ਵੀ ਸਹਿਯੋਗ ਦਿੰਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ